ਇਹ ਵੀਡੀਓ ਉਹਨਾਂ ਐਪਲੀਕੈਂਟਸ ਦੇ ਲਈ ਹੈ ਜਿਹੜੇ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਹੈ ਤੇ ਹੁਣ ਅੱਗੇ ਵਰਕ ਪਰਮਿਟ ਦੇ ਵਿੱਚ ਆਪਣਾ ਵੀਜ਼ਾ ਕਨਵਰਟ ਕਰਵਾਉਣਾ ਚਾਹੁੰਦੇ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਨਿਰੰਕਾਰ ਓਮ ਗਲੋਬਲ ਵਰਕ ਵੀਜ਼ਾ ਤੋਂ ਇੱਕ ਪ੍ਰੋਸੈਸ ਤੁਹਾਡੇ ਨਾਲ ਸਾਂਝਾ ਕਰਾਂਗਾ ਜਿਸ ਦੇ ਨਾਲ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ। ਸੋ ਇਸ ਪ੍ਰੋਸੈਸ ਦਾ ਸਭ ਤੋਂ ਪਹਿਲਾ ਸਟੈਪ ਹੈ ਤੁਸੀਂ ਇੱਕ ਜੋਬ ਆਫਰ ਸਿਕਿਉਰ ਕਰਨੀ ਹੈ ਜੋ ਕਿ LMIA ਸਪੋਰਟਡ ਹੋਵੇ। ਹੁਣ ਇਹ ਜੋਬ ਆਫਰ ਲੈ ਕੇ ਤੁਸੀਂ ਜਾਣਾ ਹੁੰਦਾ US ਕੈਨੇਡਾ ਬਾਰਡਰ ਤੇ। ਸੋ ਜਦੋਂ ਆਪਾਂ US ਇਮੀਗ੍ਰੇਸ਼ਨ ਤੇ ਹੋਵਾਂਗੇ ਉੱਥੇ ਇਨਫੋਰਮ ਕਰਨਾ ਹੈ ਕਿ ਅਸੀਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨ ਆਇਆ। ਇਸ ਦੇ ਨਾਲ ਤੁਹਾਨੂੰ ਵਾਪਸ ਕੈਨੇਡੀਅਨ ਇਮੀਗ੍ਰੇਸ਼ਨ ਤੇ ਭੇਜਿਆ ਜਾਏਗਾ। ਜਦੋਂ ਕੈਨੇਡੀਅਨ ਇਮੀਗ੍ਰੇਸ਼ਨ ਤੇ ਹੋਵੋਗੇ ਉੱਥੋਂ ਤੁਹਾਡਾ ਸਟਾਰਟ ਹੋਏਗਾ ਲਾਸਟ ਐਂਡ ਫਾਈਨਲ ਸਟੈਪ। ਸੋ ਉੱਥੇ ਤੁਸੀਂ ਇਮੀਗ੍ਰੇਸ਼ਨ ਆਫਿਸਰ ਦੇ ਅੱਗੇ ਆਪਣੇ ਰੈਲੇਵੈਂਟ ਡਾਕੂਮੈਂਟਸ ਪੇਸ਼ ਕਰਨੇ ਆ, ਸੱਚ ਐਸ ਯੋਰ ਪਾਸਪੋਰਟ, LMIA ਐਂਡ ਮੈਡੀਕਲ। ਉਸ ਤੋਂ ਬਾਅਦ ਇਮੀਗ੍ਰੇਸ਼ਨ ਆਫਿਸਰ ਤੁਹਾਨੂੰ 10 to 15 ਮਿੰਟ ਕੁਐਸਚਨਿੰਗ ਕਰੇਗਾ ਜਿਸ ਦੇ ਜੋ ਕੁਐਸਚਨਿੰਗ ਹੋਏਗੀ ਤੁਹਾਡੇ LMIA ਰਿਗਾਰਡਿੰਗ, ਤੁਹਾਡੇ ਵਰਕ ਐਕਸਪੀਰੀਅੰਸ ਰਿਗਾਰਡਿੰਗ ਹੋਏਗੀ। ਸੋ ਬੀ ਪ੍ਰਿਪੇਅਰਡ, ਜਿਸ ਫੀਲਡ ਦੀ ਵੀ ਤੁਹਾਡੀ LMIA ਹੈ ਉਹਨੂੰ ਥਰਲੀ ਸਟੱਡੀ ਕਰਕੇ ਜਾਓ ਕੀ ਤੁਹਾਡੀ ਜੋਬ ਡਿਊਟੀਜ਼ ਹੋਣਗੀਆਂ, ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਧਿਆਨ ਰੱਖਣ ਵਾਲੀ ਗੱਲ ਇਹਦੇ ਵਿੱਚ ਇਹ ਹੈ ਕਿ ਬਾਰਡਰ ਤੇ ਨਾ ਤੇ ਤੁਹਾਨੂੰ IELTS ਦੀ ਲੋੜ ਹੈ ਤੇ ਨਾ ਹੀ ਤੁਹਾਨੂੰ PCC ਦੀ ਲੋੜ ਹੈ। ਸਿੰਪਲ ਕੁਐਸਚਨਿੰਗ ਦਾ ਆਨਸਰ ਕਰਕੇ ਤੁਸੀਂ ਆਪਣਾ ਵਰਕ ਪਰਮਿਟ ਹਾਸਲ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ ਜਾਂ ਆਨਸ਼ੋਰ ਅਸਿਸਟੈਂਸ ਦੇ ਲਈ ਤੁਸੀਂ ਸਾਡੇ ਦਿੱਤੇ ਗਏ ਹੈਲਪਲਾਈਨ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਓਮ ਗਲੋਬਲ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਧੰਨਵਾਦ।